ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਮਿੰਟੋ ਸਿੰਘ, ਤੁਹਾਡਾ ਸਭ ਦਾ ਮੇਰੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਆਸਟ੍ਰੇਲੀਆ ਦੇ ਪਲੇਗਰਾਊਂਡ ਕਿਵੇਂ ਦੇ ਹੁੰਦੇ ਨੇ। ਤਾਂ ਵੀਡੀਓ ਦੇ ਨਾਲ ਬਣੇ ਰਹੋ, ਤੁਹਾਨੂੰ ਮਿਲਦੇ ਹਾਂ ਪਲੇਗਰਾਊਂਡ 'ਚ। ਪਲੇਗਰਾਊਂਡ ਜਾ ਰਹੇ ਹਾਂ। ਵੈਦਰ ਬਹੁਤ ਵਧੀਆ ਅੱਜ ਦਾ, ਤੁਸੀਂ ਦੇਖ ਸਕਦੇ ਹੋ ਬਹੁਤ ਬੱਦਲ ਹੋਇਆ ਪਿਆ, ਰਾਤ ਨੂੰ ਹੀ ਮੀਂਹ ਪਿਆ ਬਹੁਤ ਜ਼ਿਆਦਾ। ਇਹ ਹੈਗੀ ਹੈ ਪਲੇਗਰਾਊਂਡ, ਮੀਂਹ ਪੈਣ ਕਾਰਨ ਸਾਰੀ ਪਲੇਗਰਾਊਂਡ ਗਿੱਲੀ ਹੋਈ ਪਈ ਹੈ। ਚੱਕਰ ਗੱਲ ਕਰ ਉਹ ਭੱਜ ਗਈ ਪਰੇ। ਓਕੇ, ਇਹਦੇ ਨਾਲ ਗੇੜ ਵੀ
ਤੁਹਾਨੂੰ ਦਿਖਾਉਂਦੇ ਹਾਂ ਅੱਗੇ ਵੀਡੀਓ ਦੇ ਵਿੱਚ। ਪਲੇਗਰਾਊਂਡ ਬਹੁਤ ਸੋਹਣੀ ਹੈ ਦੇਖੋ ਜੀ, ਵਾਟਰ ਫਾਊਂਟੇਨ ਬੱਚਿਆਂ ਦੇ ਪਲੇ ਕਰਨ ਵਾਸਤੇ, ਜਦੋਂ ਗਰਮੀ ਹੁੰਦੀ ਹੈ ਅਤੇ ਬੱਚੇ ਇੱਥੇ ਆਉਂਦੇ ਪਲੇ ਕਰਨ, ਇੰਜੋਏ ਕਰਦੇ ਪੂਰਾ। ਵਧੀਆ ਠੰਡੀ ਹਵਾ ਚੱਲ ਰਹੀ ਹੈ, ਮੌਸਮ ਬਹੁਤ ਵਧੀਆ ਅੱਜ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ, ਦੇਖੋ ਗੋਰਿਆਂ ਨੇ ਕੀ ਬਣਾਇਆ ਇੱਥੇ ਬੱਚਿਆਂ ਦੀ ਖੇਡ ਵਾਸਤੇ। ਇੱਥੋਂ ਨਲਕਾ ਚਲਾਓ, ਚਲਾਈ ਅਤੇ ਪਾਣੀ ਜਿਹੜਾ ਇੱਥੋਂ ਨਿਕਲ ਕੇ ਇਹਦੇ ਵਿੱਚ ਪੈਂਦਾ, ਟਰੈਵਲ ਕਰਦਾ, ਟਰੈਵਲ ਕਰਕੇ ਉਹ ਮਿਡਲ ਦੇ ਵਿੱਚ ਡਰੇਨ ਹੋ ਜਾਂਦਾ ਅਤੇ ਸੋਹਣਾ ਲੱਗਦਾ। ਅਤੇ ਪਾਣੀ ਇੱਧਰ ਵੀ ਟਰੈਵਲ ਕਰਦਾ, ਇੱਥੋਂ ਟਰੈਵਲ ਕਰਕੇ ਅੱਗੇ ਉੱਧਰ। ਕਿੰਨਾ ਸੋਹਣਾ ਲੱਗਦਾ ਇੱਥੋਂ ਟਰੈਵਲ ਕਰਕੇ, ਅਤੇ ਆਹ ਗ੍ਰੇਟਰ ਬਣਿਆ ਜਿੱਥੇ ਪਾਣੀ ਡਰੇਨ ਹੋ ਜਾਂਦਾ। ਵਧੀਆ ਬੱਚਿਆਂ ਦੇ ਪਲੇ ਕਰਨ ਨੂੰ, ਬੱਚੇ ਪਾਣੀ ਨਾਲ ਖੇਡਣਾ ਬਹੁਤ ਪਸੰਦ ਕਰਦੇ ਹਨ। ਨਾਲ ਹੀ ਆਪਾਂ ਦੇਖੀਏ ਤਾਂ ਪਲੇਗਰਾਊਂਡ ਦੇ ਵਿੱਚ ਹੀ ਨਾਲ ਕੈਫੇ ਬਣਿਆ ਵਾ, ਬਹਿ ਕੇ ਤੁਸੀਂ ਅੰਦਰ ਕੌਫੀ ਪੀ ਸਕਦੇ ਜੇ, ਨਾਲ ਬਾਥਰੂਮ ਟੋਇਲਟ ਅਤੇ ਬਹਿਣ ਨੂੰ ਵਧੀਆ ਸਿਸਟਮ ਬਣਾਇਆ ਇੱਥੇ। ਆ ਵੇਖੋ ਬਹੁਤ ਸੋਹਣੀ ਪਲੇਗਰਾਊਂਡ ਆ, ਨਾਲ ਹੀ ਪਲੇਗਰਾਊਂਡ ਦੇ ਫੀਲਡ ਹੈਗੀ ਆ ਜਿੱਥੇ ਤੁਸੀਂ ਪਲੇ ਕਰ ਸਕਦੇ ਜੇ, ਚਾਹੇ ਤੁਸੀਂ ਕ੍ਰਿਕਟ ਖੇਡ ਲਓ ਜਾਂ ਜੋ ਵੀ ਤੁਹਾਡਾ ਮਨ ਕਰਦਾ। ਦੇਖੋ ਬੱਚੇ ਕਿੰਨਾ ਖੁਸ਼ ਹੁੰਦੇ ਆ ਪਲੇ ਗਰਾਊਂਡ 'ਚ ਆ ਕੇ। ਉੱਡ ਗਿਆ ਗੋਨ, ਲੈਟਸ ਫਾਈਂਡ ਅਨਦਰ ਵਨ। ਕਿੱਥੇ ਆ ਸੌਕਰ ਬਾਲ? ਕਿੱਥੇ ਆ ਸੌਕਰ ਬਾਲ? ਨਹੀਂ ਹੈਗੀ ਆਪਣੇ ਕੋਲ। ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਲੈਟਸ ਗੋ ਹੋਮ। ਦੇਖੋ ਬੱਚਿਆਂ ਦਾ ਦਿਲ ਲੱਗ ਜਾਂਦਾ ਇਹਨਾਂ ਦੇ, ਬੱਚੇ ਕਹਿੰਦੇ ਘਰ ਨਹੀਂ ਜਾਣਾ।
ਜਦੋਂ ਤੁਹਾਡਾ ਫ੍ਰੀ ਟਾਈਮ ਲੱਗਦਾ ਤੁਸੀਂ ਪਾਰਕ ਵਿੱਚ ਆ ਕੇ ਆਪਣਾ ਮਾਇੰਡ ਰਿਲੈਕਸ ਕਰ ਸਕਦੇ ਜੇ ਅਤੇ ਨਾਲ ਬੱਚਿਆਂ ਨੂੰ ਜਦੋਂ ਲਿਆਉਂਦੇ ਜੇ ਉਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ Thank you. Thanks for the push. ਠੀਕ ਹੈ ਜੀ, ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਕਿਸੇ ਹੋਰ ਟੌਪਿਕ 'ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੇਖਣ ਲਈ। ਸਤਿ ਸ਼੍ਰੀ ਅਕਾਲ।